ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਦਰਅਸਲ ਤਸਵੀਰਾਂ ਮੋਗਾ ਦੀਆਂ ਨੇ ਜਿੱਥੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ। DAP ਦੀ ਆ ਰਹੀ ਕਮੀ ਨੂੰ ਦੇਖਦੇ ਹੋਏ ਇਹ ਮੰਗ ਪੱਤਰ ਦਿੱਤਾ ਗਿਆ ਹੈ ਅਤੇ DAP ਦੀ ਖਾਦ ਦੀ ਮੰਗ ਕੀਤੀ ਗਈ ਹੈ। ਦੱਸ ਦਈਏ ਕਿ ਜਿੱਥੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਤਾਂ ਉੱਥੇ ਹੀ ਮੰਗ ਪੱਤਰ ADC ਚਾਰੂ ਮਿਤਾ ਦੇ ਵੱਲੋਂ ਲਿਆ ਗਿਆ। DAP ਦੀ ਆ ਰਹੀ ਕਮੀ ਨੂੰ ਦੇਖਦੇ ਹੋਏ ਪਿਛਲੇ ਦਿਨੀ DAP ਦੇ ਵਿੱਚ ਮਿਲਾਵਟ ਨੂੰ ਲੈ ਕੇ ਕਾਰਵਾਈ ਸੰਬੰਧੀ ਇਹ ਮੰਗ ਪੱਤਰ ਦਿੱਤਾ ਗਿਆ ਹੈ। ਦੂਜੇ ਪਾਸੇ DAP ਦੀ ਕਮੀ ਨੂੰ ਦੂਰ ਕੀਤਾ ਜਾਵੇਗਾ ਅਜਿਹਾ ਭਰੋਸਾ ਵੀ ਡਿਪਟੀ ਕਮਿਸ਼ਨਰ ਦੇ ਵੱਲੋਂ ਦਿੱਤਾ ਗਿਆ ਹੈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਬਾਈ ਕੀ ਨਾਮ ਹੈ ਤੁਹਾਡਾ? ਅਤੇ DC ਸਾਹਿਬ ਨੂੰ ਮੰਗ ਪੱਤਰ ਦੇਣ ਪਹੁੰਚੇ ਸੀਗੇ, ਕਿਸ ਮੰਗਾਂ ਨੂੰ ਲੈ ਕੇ ਆ? ਮੈਂ ਕੁਲਜਿੰਦਰ ਸਿੰਘ, ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੋਂ। ਜਿਹੜੀ DAP ਦੀ ਘਾਟ ਆ ਰਹੀ ਹੈ ਸੁਸਾਇਟੀਆਂ ਦੇ ਵਿੱਚ ਦੂਜਿਆਂ ਦੁਕਾਨਦਾਰਾਂ 'ਤੇ, ਉਹਦੀ ਸੰਬੰਧ ਅਸੀਂ ਅੱਜ DC ਸਾਹਿਬ ਨੂੰ ਮੰਗ ਪੱਤਰ ਦਿੱਤਾ, ਕਿਉਂਕਿ ਕਣਕ ਦੀ ਬਜਾਇ ਅਤੇ ਮੂਹਰੇ ਸਬਜ਼ੀਆਂ ਦੀ ਬਜਾਇ ਦਾ, ਆਲੂਆਂ ਦੀ, ਮਟਰਾਂ ਦੀ ਬਜਾਇ ਜਿਹੜੀ ਅਗਲੇ ਮਹੀਨੇ ਤੋਂ ਚੱਲ ਪੈਣੀ ਆ, ਅਤੇ ਹਜੇ ਤੱਕ ਵੀ ਸੁਸਾਇਟੀਆਂ ਦੇ ਵਿੱਚ ਜਾਂ ਹੋਰ ਕਿਸੇ ਅਦਾਰੇ 'ਚ DAP ਖਾਦ ਜਿਹੜੀ ਨਹੀਂ ਪਹੁੰਚੀ ਆ, ਅਤੇ ਨਾ ਹੀ ਜਿਹੜੇ ਪਿਛਲੇ DAP ਦੇ ਸੈਂਪਲ ਫੇਲ ਹੋਏ ਸੀਗੇ, ਸਰਕਾਰ ਨੇ ਉਹਦੇ ਵਾਸਤੇ ਕੋਈ ਸਪਸ਼ਟੀਕਰਨ ਦਿੱਤਾ ਵੀ ਅਸੀਂ ਕਿੰਨੀ DAP ਵਾਪਸ ਲੈ ਲਈ ਆ, ਅਤੇ ਜਾਂ ਕਿਸੇ ਅਧਿਕਾਰੀ 'ਤੇ ਕੀ ਅਸੀਂ ਕਾਰਵਾਈ ਕਰੀਏ ਜੀ? ਕੀ ਆਸ਼ਵਾਸਨ ਦਵਾਇਆ ਗਿਆ ਹੁਣ DC ਸਾਹਿਬ ਦਾ? ਆਸ਼ਵਾਸਨ ਠੀਕ ਆ ਜੀ, ਉਹ ਕਹਿੰਦੇ ਤੁਹਾਡੀਆਂ ਜਿਹੜੀਆਂ ਮੰਗਾਂ ਅਸੀਂ ਪ੍ਰਵਾਨ ਕਰ ਲਈਆਂ ਨੇ ਅਤੇ ਉਹ ਆਉਣ ਵਾਲੇ ਸਮੇਂ 'ਚ ਸਾਨੂੰ ਦੱਸ ਦੇਣਗੇ, ਅਤੇ ਉਹ ਕਹਿੰਦੇ ਵੀ ਜਲਦੀ ਤੋਂ ਜਲਦੀ ਅਸੀਂ ਤੁਹਾਨੂੰ ਜਿਹੜੀਆਂ DAP ਦੀ ਖਾਦ ਆ ਉਹਦੀ ਮੁਹੱਈਆ ਕਰਵਾਈ ਦੇਈ ਜਾਵੇਗੀ। ਕੀ ਦਿੱਕਤਾਂ ਪਰੇਸ਼ਾਨੀਆਂ ਕੀ ਆ ਰਹੀਆਂ ਸੀਗੀਆਂ DAP ਦੀ ਖਾਦ? ਦਿੱਕਤਾਂ ਤਾਂ ਇਹ ਜੀ, DAP ਖਾਦ ਤਾਂ ਇੱਕ ਧਾਰ ਹੀ ਆ ਨਹੀਂ ਰਹੀ, ਜਿਹੜੀ DAP ਖਾਦ ਜਿਹੜੇ ਏਰੀਏ 'ਚ ਆ ਰਹੀ ਹੈ ਉਹਨਾਂ ਨੂੰ ਕੱਟ ਕੇ ਜਿੱਥੇ ਜ਼ਮੀਨੀ ਚੋਣਾਂ ਉੱਥੇ ਦਿੱਤੀਆਂ ਜਾ ਰਹੀਆਂ ਨੇ, ਜਿਵੇਂ ਗਿੱਦੜਵਾਹਾ ਹੋ ਗਈ, ਗੁਰਦਾਸਪੁਰ ਏਰੀਏ 'ਚ ਹੋ ਗਈ, ਬਰਨਾਲਾ ਹੋ ਗਈ, ਹੁਣ ਜਿੱਥੇ DAP ਆ ਰਹੀ ਆ ਉਹਦੇ ਨਾਲ ਨਾਲ ਸਾਨੂੰ ਬਾਇਓ ਖਾਦ, ਨੈਨੋ ਯੂਰੀਆ ਉਹ ਪ੍ਰੋਡਕਟ ਦਿੱਤੇ ਜਾ ਰਹੇ ਆ ਜਿਹੜੇ ਸਾਨੂੰ ਬਿਲਕੁਲ ਲੋੜ ਨਹੀਂ, ਉਹ ਧੱਕੇ ਨਾਲ ਸਾਨੂੰ ਦਿੱਤੇ ਜਾ ਰਹੇ ਆ, ਅਤੇ ਕਈ ਵਾਰ ਕਿਸਾਨਾਂ ਨੂੰ ਧੱਕੇ ਨਾਲ ਉਹ ਬੇਸ਼ੱਕ ਲੈਣੇ ਵੀ ਪੈਂਦੇ ਆ, ਕਿਉਂਕਿ ਉਹਨਾਂ ਤੋਂ DAP ਦੀ ਖਾਦ ਤੋਂ ਬਿਨਾਂ ਫਸਲ ਦੀ ਬਜਾਇ ਨਹੀਂ ਹੋ ਸਕਦੀ, ਅਤੇ ਉਹ ਫਿਰ ਮਜਬੂਰਨ ਕਿਸਾਨਾਂ ਨੂੰ ਲੈਣੇ ਵੀ ਪੈਂਦੇ ਆ ਜੀ। ਹੁਣ ਕੀ ਮੰਗ ਕੀ ਕਰਦੇ? ਮੰਗ ਇਹੀ ਕਰਦੇ ਹਾਂ ਜਿਹੜੀ ਸਾਨੂੰ DAP ਆ ਇੱਕ ਤਾਂ ਸਹੀ ਫੁੱਲ ਮਾਤਰਾ 'ਚ ਉਹ ਦਿੱਤੀ ਜਾਵੇ, ਬਾਕੀ ਜਿਹੜੇ ਸਾਨੂੰ ਵਾਧੂ ਪ੍ਰੋਡਕਟ ਜਿਹੜੇ DAP ਦੇ ਨਾਲ ਨਾ ਵੇਚੇ ਜਾਣ ਜੀ। ਬਾਈ ਕੀ ਨਾਮ ਆ ਤੁਹਾਡਾ? ਮੇਰਾ ਨਾਮ ਮਿੱਤਰ ਸਿੰਘ ਘੋਲਗਿਆ ਜੀ। ਕਿਹੜੀ ਜਥੇਬੰਦੀ ਨਾਲ? ਕਾਦੀਆਂ ਜੀ। DC ਸਾਹਿਬ ਨੂੰ ਮੰਗ ਪੱਤਰ ਦੇਣ ਪਹੁੰਚੇ ਹੋ, ਕਿਸ ਮੰਗਾਂ ਨੂੰ ਲੈ ਕੇ ਆ ਜਿਹੜਾ ਤੁਹਾਡੇ ਵੱਲੋਂ ਮੰਗ ਪੱਤਰ ਦਿੱਤਾ ਜਾ ਰਿਹਾ? ਮੰਗ ਪੱਤਰ ਜੀ ਅਸੀਂ ਦੇਣਾ ਸਾਰੀ ਪੰਜਾਬ ਦੇ ਵਿੱਚ ਜੀ DC ਸਾਹਿਬ ਨੂੰ, ਸਾਰੇ ਜਿੰਨੇ ਪੰਜਾਬ ਦੇ DC ਸਾਹਿਬ ਆ ਸਾਰਿਆਂ ਨੂੰ ਅਸੀਂ ਖਾਦ ਦੀ ਬਾਬਤ ਮੰਗ ਪੱਤਰ ਅਸੀਂ ਲਿਆਂਦਾ ਹੈ ਸਾਰਾ। ਜਿਹੜੀ ਸਾਡੀ DAP ਆ ਖਾਦ ਆ, ਉਹਦੇ ਨਾਲ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਘਟੀਆਂ ਚੀਜ਼ਾਂ ਕਿਸਾਨ ਨੂੰ ਦਿੱਤੀਆਂ ਜਾਂਦੀਆਂ, ਇਸੇ ਕਰਕੇ ਕਿਸਾਨ ਤਾਂ ਅੱਗੇ ਹੀ ਬਹੁਤ ਜ਼ਿਆਦਾ ਕਮਜ਼ੋਰ ਆ, ਅਤੇ ਅਸੀਂ ਇਹਦੀ ਮੰਗ ਕਰਦੇ ਹਾਂ ਵੀ ਜਿਹੜੀ ਅਸੀਂ DAP ਲੈਣੀ ਆ, ਇਹਦੇ ਨਾਲ ਅਸੀਂ ਕੋਈ ਵੀ ਚੀਜ਼ ਨਾ ਸਟੈਟੀ 'ਚੋਂ ਅਤੇ ਨਾ ਅਸੀਂ ਕਿਸੇ ਦੁਕਾਨ 'ਚੋਂ ਲੈਣੀ ਆ, ਇਸੇ ਕਰਕੇ ਅੱਜ ਅਸੀਂ ਮੰਗ ਪੱਤਰ ਦੇ ਰਹੇ ਹਾਂ। DC ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਹ ਸਾਡੇ ਮੰਗ ਪੱਤਰ 'ਤੇ ਗੌਰ ਸਰਕਾਰ ਤੱਕ ਪਹੁੰਚਾਈ ਜਾਵੇ ਅਤੇ ਵੱਧ ਤੋਂ ਵੱਧ ਇਸ ਕਿਸਾਨ ਨੂੰ ਬਚਾਇਆ ਜਾਵੇ। ਕੀ ਮੁਸ਼ਕਲਾਂ, ਕੀ ਦਿੱਕਤਾਂ, ਪਰੇਸ਼ਾਨੀਆਂ ਕੀ ਆ ਰਹੀਆਂ? ਮੁਸ਼ਕਲਾਂ ਸਾਨੂੰ ਇੱਕ ਤਾਂ ਜੀ ਜਿਹੜਾ DAP ਆ ਇਹ ਪਿੱਛੋਂ ਬਹੁਤ ਘੱਟ ਆ ਰਿਹਾ, ਘੱਟ ਦੇ ਨਾਲ ਹੀ ਕਿਸਾਨ ਡਰਿਆ ਹੋਇਆ ਮਹਿਸੂਸ ਕਰਦਾ ਵੀ ਮੈਂ ਜਿਸ ਕਿਸੇ ਨੇ ਆਲੂ ਬੀਜਣੇ ਆ, ਕਿਸੇ ਨੇ ਹੋਰ ਸਰ੍ਹੋਂ ਬੀਜਣੀ ਆ, ਜਿਹੜਾ DAP ਆ
ਕੁਛ ਕੁ ਸਟੈਟੀਆਂ ਦੇ ਵਿੱਚ ਦੋ ਚਾਰ ਟਰੱਕ ਆਏ ਆ, ਉੱਥੇ ਵੰਡਣ ਦੇ ਪਿੱਛੇ ਬਹੁਤ ਕਿਸਾਨ ਦੁਖੀ ਹੁੰਦਾ। ਕਿਸੇ ਨੂੰ ਕਹਿ ਦਿੰਦੇ ਆ ਇੱਕ ਬੋਰੀ ਦੇਣੀ ਆ, ਕਿਸੇ ਨੂੰ ਕਹਿ ਦੇਣੇ ਦੋ ਬੋਰੀਆਂ ਦੇਣੀਆਂ,